हाँ जी मित्रों, की हाल है जी? थोड़ा सारे वीरां भरावां दा मैं उम्मीद करदा भी तुसीं सारे जाने बहुत वधिया होवोंगे, अपने घरां दे विच राजी खुशी होवोंगे, अते थोड़े सारे वीरां भरावां दे जानवर जिहड़े उह तंदरुस्त अते वधिया होणगे। हाँ जी वीरो, अज आपां थोड़े वास्ते आह हाथी घोड़े दी बच्ची लै के आए हाँ। हाथी घोड़े दी बच्ची दी तुहानूं सारी डिटेल आपां वीडियो विच दस्सांगे, ते जिहड़े भी किसी भी वीर भाई नूं पसंद आई तां बाई नूं तुसीं फोन ला लिओ। बाई बहुत घेंट नेचर दा जानवर रखदा गा, मतलब वधिया चंगा जानवर रखदा बाई दा, आपदा नेचर भी बहुत घेंट हैगा। ते बाकी जिन्ने भी बाई कोल जानवर आ उह सारे चंगे आ, भी आपां किसी भी जानवर नूं ऐ नहीं कह सकदे भी किसी गल्लों घट है, सारे टॉप क्वालिटियां दे जानवर रखे हुए आ बाई ने, ते 5-6 जानवर आ बाई कोल। ਅਤੇ ਫੇਸਬੁੱਕ ਪੇਜ ਆਪਣਾ ਫੋਲੋ ਕਰ ਦਿਓ ਜੀ, ਯੂਟਿਊਬ ਚੈਨਲ ਆਪਣਾ ਸਬਸਕ੍ਰਾਈਬ ਕਰ ਦਿਓ ਸਭ ਤੋਂ ਪਹਿਲਾਂ ਵੀਡੀਓ ਦੇਖਣ ਵਾਸਤੇ। ਇਹ ਹਾਥੀ ਘੋੜੇ ਦੀ ਬੱਚੀ ਹੈ ਜੀ, ਅਤੇ ਬਾਈ ਕੋਲੇ ਕਾਫੀ ਟਾਈਮ ਤੋਂ ਆ, ਅਤੇ ਬਾਲ ਭੌਰੀਆਂ ਦੀ ਸਾਫ ਹੈ ਜੀ। ਇਸ ਟਾਈਮ ਤਕਰੀਬਨ ਆਪਾਂ ਕਹਿ ਸਕਦੇ ਹਾਂ ਵੀ 15 ਕੁ ਦਿਨਾਂ ਦੀ ਮਲਿਆਈ ਹੋਈ ਹੈਗੀ, ਬਾਲ ਭੌਰੀਆਂ ਦੀ ਸਾਫ ਆ। ਉਮਰ ਇਹਦੀ 31 ਮਹੀਨੇ ਆ, ਅਤੇ ਹਾਈਟ ਇਹਦੀ 61 ਇੰਚ ਹੈ ਜੀ। ਅਤੇ ਮਾਨਸਾ ਤੋਂ ਜਦੋਂ ਆਪਾਂ ਸਰਦੂਲਗੜ੍ਹ ਨੂੰ ਜਾਂਦੇ ਹਾਂ ਤਾਂ ਉਦੋਂ ਮੱਤਣਾ ਪਿੰਡ ਆਉਂਦਾ ਬਾਈ ਹੋਣਾ ਦਾ, ਸਰਸੇ ਜ਼ਿਲ੍ਹੇ ਦਾ ਪਿੰਡ ਹੈ ਵੈਸੇ ਤਾਂ ਮੱਤੜ, ਅਤੇ ਹਰਿਆਣੇ 'ਚ ਆਉਂਦਾ ਪਿੰਡ ਇਹ, ਅਤੇ ਉੱਥੇ ਇਹ ਖੜੀ ਹੈਗੀ। ਅਤੇ ਰੇਟ ਬਾਈ ਹੋਣੇ ਦਾ ਤੁਸੀਂ ਫੋਨ 'ਤੇ ਕਰ ਲਿਓ ਗੱਲਬਾਤ, ਤੁਹਾਨੂੰ ਦੱਸ ਦੇਣਗੇ। ਬਾਕੀ ਤੁਹਾਨੂੰ ਘੋੜੀ ਯਾਨੀ ਕਿ ਬਛੇਰੀ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ। ਹਜੇ ਤਾਂ ਦੋਸਤੋ ਇਹਨੇ 2-2.5 ਇੰਚ ਹਾਈਟ ਹੋਰ ਕਰ ਜਾਣੀ ਆ, ਆਪਾਂ ਕਹਿ ਸਕਦੇ ਹਾਂ ਵੀ 62-63 ਇੰਚ ਦੀ ਘੋੜੀ ਬਣ ਜਾਣਾ ਇਹਨੇ। ਅਤੇ ਕਰ ਲਓ ਜੀ ਬਾਈ ਨਾਲ ਸੰਪਰਕ ਜੇ ਕਿਸੇ ਵੀਰ ਭਾਈ ਨੂੰ ਚੰਗੀ ਲੱਗੇ। ਅਤੇ ਬਾਕੀ ਸਵਾਰੀ ਸਪੁਰੀ ਦੀ ਓਕੇ ਹੈਗੀ, ਬਹੁਤ ਸੋਹਣਾ ਤੁਰਦੀ ਆ। ਬਾਕੀ ਕੰਨਾਂ ਕੁੰਨਾਂ ਦੀ ਕੁੰਡੀ ਚੈੱਕ ਕਰ ਸਕਦੇ ਹੋ, ਅਤੇ ਪਹਿਲੀ ਵਾਰੀ ਮਲਾਈ ਆ, ਅਸਲ 'ਚ ਤਾਂ 100% ਗੱਭਣੀ ਰਹੂਗੀ।